ਅਸੀਂ ਅੱਜ ਗੱਲ ਕਰਾਂਗੇ ਜੀ ਸਿੱਧੂ ਸਾਹਿਬ ਦੀ। ਸਿੱਧੂ ਸਾਹਿਬ ਨੇ ਜਿਹੜੀ ਸੁਖਬੀਰ ਬਾਦਲ ਜੀ ਦੇ ਨਾਲ ਇੰਨੀ ਜ਼ਿਆਦਾ ਬੇਇੱਜ਼ਤੀ ਕੀਤੀ ਕਿ ਕਹਿਣ ਦਾ ਮਤਲਬ ਕਿ ਇੰਨੀ ਜ਼ਬਰਦਸਤੀ ਮਿਮਕਰੀ ਕੀਤੀ ਕਿ ਦੇਖਣ ਵਾਲੇ ਵੀ ਵਾਹ ਵਾਹ ਕਰ ਗਏ ਤੇ ਜੋ ਸੱਚਾਈ ਉਹਨਾਂ ਪੇਸ਼ ਕੀਤੀ ਉਹ ਤਾਂ ਐਂਡ ਹੀ ਕਰ ਦਿੱਤਾ। ਤੇ ਉਹਨਾਂ ਨੇ ਜਿਹੜੀਆਂ ਗੱਲਾਂ ਕਹੀਆਂ ਉਹ ਗੱਲਾਂ ਤੁਸੀਂ ਪਹਿਲੇ ਵੀਡੀਓ ਰਾਹੀਂ ਦੇਖੋ, ਉਹਦੇ ਬਾਅਦ ਮੈਂ ਤੁਹਾਡੇ ਨਾਲ ਗੱਲ ਕਰਾਂਗਾ। ਸੁਖਬੀਰ ਸਿੰਘ ਬਾਦਲ ਤੇਰੇ ਨਾਲ ਖੜੋਤਾ ਹੁੰਦਾ ਲੰਬੂ ਲੰਬੂ ਸਿੱਧੂ ਕਹਿੰਦਾ ਸਿੱਧੂ ਮਨ ਮਨ ਪੱਕਾ ਥੁੱਕ ਸਿੱਧੂ ਮੇਰੇ ਕੋਲ 10-12 ਸਾਲ ਪਹਿਲਾਂ ਆਇਆ ਸੀਗਾ ਸਿੱਧੂ ਭਾਜੀ ਮੈਨੂੰ ਇਲੈਕਸ਼ਨ ਲੜਾ ਦੇ ਆ ਮੈਂ ਤੇਰੇ ਵਾਸਤੇ ਸ਼ੂਪ ਲੈ ਕੇ ਆਇਆ ਸ਼ੂਪ ਚਿਕਨ ਸ਼ੂਪ ਇਹਦੇ ਨਾਲ ਬ੍ਰੈਡ ਪਕੌੜੇ ਲੈ ਕੇ ਆਇਆ ਮੈਂ ਕਹਿੰਦਾ ਪੁੱਤ ਕੀ ਚਾਹੀਦਾ ਤੈਨੂੰ ਛੋਟੇ ਵੀਰ ਕੀ ਚਾਹੀਦਾ ਤੈਨੂੰ 10 ਲੱਖ ਦੇ ਦਿਓ ਮੈਂ ਕਹਿੰਦਾ ਚੱਕ 20 ਲੱਖ ਦੇ ਅੱਜ ਤੂੰ ਸਿੱਧੂ ਦੀਆਂ ਗੱਲਾਂ ਕਰਦਾ ਓਏ ਹਰੀ ਵੀ ਟੁੱਟੀ ਕਾਲਸ ਦੇ ਵਿੱਚ ਤੂੰ ਆਇਆ ਸੀ ਤੇਰੀਆਂ ਮਿੱਲਾਂ ਵੱਧ ਪਈਆਂ ਸੀਗੀਆਂ ਗੋਰਖਪੁਰ ਦੇ ਵਿੱਚ ਯੂਪੀ ਦੇ ਭਈਏ ਵਾਂਗ ਤੂੰ ਆ ਕੇ ਖੜਾ ਹੋ ਗਿਆ ਸੀਗਾ ਤੇ ਅੱਜ ਤੂੰ ਗੱਲਾਂ ਕਰਦਾ ਤੇਰੀ ਔਕਾਤ ਕੀ ਹੈ ਨਵਜੋਤ ਸਿੰਘ ਸਿੱਧੂ ਦੀ ਬਾਰੇ ਗੱਲ ਕਰਦਾ ਤੂੰ ਨਵਜੋਤ ਸਿੰਘ ਸਿੱਧੂ ਦਾ 20 ਸਾਲ ਇਸ ਦੇਸ਼ ਦੇ ਲਈ ਕ੍ਰਿਕਟ ਖੇਡਿਆ ਨਵਜੋਤ ਸਿੰਘ ਸਿੱਧੂ 4 ਵਾਰ ਅੰਮ੍ਰਿਤਸਰ ਦੇ ਐਮਪੀ ਬਣਾਤਾ 2 ਇਲੈਕਸ਼ਨ ਐਮਐਲਏ ਤੇ ਜਿੱਤ ਗਿਆ ਨਵਜੋਤ ਸਿੰਘ ਸਿੱਧੂ 20 ਸਾਲ ਟੀਵੀ ਦੇ ਉੱਤੇ ਰਾਜ ਕੀਤਾ ਅਸੰਖ ਰੈਲੀਆਂ ਕੀਤੀਆਂ ਪਤਾ ਨੀ ਕਿੱਥੇ ਕਿੱਥੇ ਗਿਆ ਇੱਜ਼ਤ ਮਾਨ ਬਹਾਦਰ ਭਾਈ ਭਾਈ ਤੇਰੀ ਕੀ ਔਕਾਤ ਹੈ ਸੁਣ ਬਿਕਰਮ ਮਜੀਠੀਆ ਗੱਲੇ ਤੋਂ ਗੰਢੇਰੀ ਮਿੱਠੀ ਗੁੜ ਤੋਂ ਮਿੱਠਾ ਰਾਲਾ ਭਾਈ ਤੋਂ ਭਤੀਜਾ ਪਿਆਰਾ ਸਭ ਤੋਂ ਪਿਆਰਾ ਸਾਲਾ ਸਾਲਾ ਮਿੱਤਰਾ ਤੂੰ ਸਾਲਾ ਹੋ ਕਰੀ ਕੋਈ ਔਕਾਤ ਨੀ ਤੂੰ ਬ੍ਰਹਮਪੁਰਾ ਸਾਹਿਬ ਤੋਂ ਉੱਤੇ ਕਿਵੇਂ ਹੋ ਗਿਆ ਓਏ ਤੂੰ ਟਕਸਾਲੀ ਅਕਾਲੀਆਂ ਤੋਂ ਉੱਤੇ ਕਿੱਦਾਂ ਹੋ ਗਿਆ ਓਏ ਤੂੰ ਸੁਖਦੇਵ ਸਿੰਘ ਢੀਂਡਸਾ ਸਾਹਿਬ ਤੋਂ ਉੱਤੇ ਕਿਵੇਂ ਹੋ ਗਿਆ ਭੁੰਦੜ ਸਾਹਿਬ ਤੋਂ ਉੱਤੇ ਕਿਵੇਂ ਹੋ ਗਿਆ 4-4 ਵਾਰ ਦੇ ਐਮਪੀ ਉਹ ਮੰਤਰੀ ਨਾ ਬਣ ਮੇਰੇ ਭੈਣ ਦੀ ਬਣ ਸੁਖਬੀਰ ਬਾਦਲ ਦੀ ਉਹਨਾਂ ਪੂਰੀ ਤਰ੍ਹਾਂ ਤਸੱਲੀ ਨਾਲ ਉਹਦੀ ਬੇਇੱਜ਼ਤੀ ਕੀਤੀ ਹੈ ਤੇ ਉਹਨਾਂ ਆਪਣੀ ਜਿਹੜੀ ਤਾਰੀਫ ਵੀ ਕਹਿ ਸਕਦੇ ਆਪਾਂ ਕਿ ਆਪਾਂ ਖੁਦ ਮੈਂ ਖੁਦ ਤਾਰੀਫ ਕਰਦਾ ਉਹਨਾਂ ਦੀ ਉਹਨਾਂ ਨੇ ਦੇਸ਼ ਨੂੰ 20 ਸਾਲ ਦਿੱਤੇ ਕ੍ਰਿਕਟ ਲਈ ਅੱਜ ਵੀ ਉਹ ਦੇਸ਼ ਦੀ ਸੇਵਾ ਕਰ ਰਹੇ ਆ ਐਜ ਏ ਰਾਜਨੇਤਾ ਦੇ ਤੌਰ ਤੇ ਪੂਰੀ ਤਰ੍ਹਾਂ ਦੇਸ਼ ਦੀ ਸੇਵਾ ਕਰ ਰਹੇ ਆ ਔਰ ਨਿਭਾ ਰਹੇ ਸੇਵਾ ਔਰ ਜੋ ਗੱਲ ਕਰਦੇ ਸੱਚਾਈ ਦੀ ਕਰ ਰਹੇ ਆ ਜੇ ਉਹਨਾਂ ਨੇ ਪੂਰੀ ਤਰ੍ਹਾਂ ਚੈਲੰਜ ਕੀਤਾ ਹੈ ਕਿ ਜੇ ਤੂੰ ਮੇਰੇ ਸਾਹਮਣੇ ਨਾ ਆਉਣਾ ਮੇਰੇ ਸਿੱਧੇ ਸਾਹਮਣੇ ਆ ਕੇ ਗੱਲ ਕਰ ਜਿਹੜੀ ਕਰਨਾ ਜਿਹੜੀ ਮਿਲਕਰੀ ਚ ਉਹਨਾਂ ਨੇ ਗੱਲ ਕੀਤੀ ਆ ਕਿ ਕਿਸੇ ਟਾਈਮ ਸੁਖਬੀਰ ਬਾਦਲ ਇਹਨਾਂ ਕੋਲ ਗਿਆ ਸੀਗਾ ਕਿ ਮੇਰੀ ਪਾਰਟੀ ਕੋਲ ਮੇਰੀ ਪਾਰਟੀ ਜਾ ਜਾਂ ਮੇਰੇ ਨਾਲ ਸ਼ਾਮਿਲ ਹੋ ਜਾ ਤੇ ਉਹ ਵੀ ਉਹਨਾਂ ਇਸ ਗੱਲ ਚ ਬਿਆਨ ਦਿੱਤੇ ਆ ਤੇ ਮਤਲਬ ਪੂਰੀ ਤਰ੍ਹਾਂ ਵੀਡੀਓ ਦੇਖ ਕੇ ਤੁਸੀਂ ਇਹੀ ਤੱਤ ਕੱਢੋਗੇ ਕਿ ਸਿੱਧੂ ਸਾਹਿਬ ਜੋ ਵੀ ਕਹਿੰਦੇ ਆ ਸੱਚ ਕਹਿੰਦੇ ਆ ਤੇ ਜੇ ਪੰਜਾਬ ਦਾ ਆਪਾਂ ਭਵਿੱਖ ਚਾਹੁੰਦੇ ਹਾਂ ਤੇ ਸਿੱਧੂ ਸਾਹਿਬ ਨੂੰ ਆਪਾਂ ਸਪੋਰਟ ਕਰੀਏ ਕਿਉਂਕਿ ਉਹਨੇ ਉਸ ਆਦਮੀ ਨੇ ਪੂਰੀ ਸਪੋਰਟ ਕੀਤੀ ਹੈ ਦੇਸ਼ ਦੀ ਦੇਸ਼ ਨੂੰ ਉਹਨੇ ਆਪਣੇ 20 ਸਾਲ ਦਿੱਤੇ ਆ ਖੇਡਣ ਲਈ ਅੱਜ ਉਹ ਇੱਕ ਨੇਤਾ ਦੇ ਤੌਰ ਤੇ ਦੇਸ਼ ਨੂੰ ਆਪਣਾ ਪੂਰਾ ਸਾਥ ਦੇ ਰਿਹਾ ਪੂਰਾ ਦੇਸ਼ ਦੇ ਨਾਲ ਚੱਲ ਰਿਹਾ ਤੇ ਉਸਨੂੰ ਆਪਾਂ ਪੂਰੀ ਸਪੋਰਟ ਕਰੀਏ ਤੇ ਉਸਨੂੰ ਕਿਸੇ ਚੰਗੇ ਅਹੁਦੇ ਦਾ ਹੱਕਦਾਰ ਉਹ ਬਣਦਾ ਵੀ ਹੈ ਹੱਕ ਉਹਦਾ ਔਰ ਉਹਨੂੰ ਕਿਸੇ ਚੰਗੇ ਅਹੁਦੇ ਤੇ ਲੈ ਕੇ ਜਾਈਏ ਤਾਂ ਕਿ ਉਹ ਦੇਸ਼ ਦੀ ਪੂਰੀ ਵਾਗਡੋਰ ਦੇ ਹੱਥ ਆਵੇ ਤੇ ਉਹ ਲੋਕਾਂ ਦੀ ਜਨਤਾ ਦੀ ਭਰਪੂਰ ਤਰ੍ਹਾਂ ਸੇਵਾ ਕਰ ਸਕੇ ਅਸੀਂ ਪੂਰੀ ਤਰ੍ਹਾਂ ਸਿੱਧੂ ਸਾਹਿਬ ਦੇ ਨਾਲ ਮੈਂ ਅਸ਼ਵਨੀ ਜੋਸ਼ੀ ਚੀਫ ਕ੍ਰਾਈਮ ਰਿਪੋਰਟਰ ਫੋਕਸ 24 ਨਿਊਜ਼ ਤੋਂ